ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਮੇਂ ਬਾਬਾ ਜੀ ਗੁਰਦੇਵ ਜੀ ਦੇ ਦਰਸ਼ਨ ਵਾਸਤੇ ਪੁੱਛੋ ਗਏ। 2 ਦਿਨ ਉੱਥੇ ਰਹੇ ਤੇ ਆਗਿਆ ਲੈ ਕੇ ਵਾਪਸ ਆ ਰਹੇ ਸਨ। ਨਾਲ ਭਾਈ ਸੁਲੱਖਣ ਸਿੰਘ ਜੀ ਵੀ ਹਨ। ਜਦੋਂ ਸਟੇਸ਼ਨ ਤੇ ਪੁੱਛੋ ਦੇ ਵਿਚਾਲੇ ਆਏ ਤਾਂ ਇੱਕ ਸੁੱਕਿਆ ਹੋਇਆ ਛੱਪੜ ਵੇਖ ਕੇ ਬਾਬਾ ਜੀ ਨੇ ਕਿਹਾ ਕਿ ਅਸੀਂ ਇੱਥੇ ਬੈਠਦੇ ਹਾਂ, ਤੂੰ ਲਹਿਰੇਖਾਨੇ ਜਾ ਕੇ ਸੰਤਾਂ ਨੂੰ ਲੈ ਆ। ਇਹ ਸੁਣ ਕੇ ਸੁਲੱਖਣ ਸਿੰਘ ਸਤਿਬਚਨ ਕਹਿ ਕੇ ਲਹਿਰੇ ਪਹੁੰਚ ਗਿਆ ਅਤੇ ਬਾਬਾ ਵਧਾਵਾ ਸਿੰਘ ਜੀ ਅੱਗੇ ਬੇਨਤੀ ਕੀਤੀ। ਬਾਬਾ ਵਧਾਵਾ ਸਿੰਘ ਜੀ ਅੱਗੇ ਹੀ ਬਾਬਾ ਜੀ ਨੂੰ ਯਾਦ ਕਰ ਰਹੇ ਸਨ। ਇਹ ਕਹਿਣ ਯੋਗ ਹੈ ਕਿ ਸੰਤ ਵਧਾਵਾ ਸਿੰਘ ਜੀ ਬਾਬਾ ਜੀ ਦੇ ਵਿਦਿਆ ਗੁਰੂ ਸਨ, ਪਰ ਸ਼ਰਧਾ ਇਤਨੀ ਰੱਖਦੇ ਸਨ ਕਿ ਕਹਿਣ ਸੁਣਨ ਤੋਂ ਬਾਹਰ। ਇਵੇਂ ਹੀ ਬਚਨ ਕਰਦਿਆਂ ਛੇਤੀ ਨਾਲ ਤਿਆਰੀ ਕਰਕੇ ਭਾਈ ਸੁਲੱਖਣ ਸਿੰਘ ਦੇ ਨਾਲ ਤੁਰ ਪਏ। ਜਦੋਂ ਬਾਬਾ ਜੀ ਪਾਸ ਪਹੁੰਚੇ ਤਾਂ ਬਾਬਾ ਜੀ ਨੇ ਦੂਰੋਂ ਹੀ ਗੁਰਦੇਵ ਨੂੰ ਆਉਂਦਿਆਂ ਨੂੰ ਤੱਕ ਕੇ ਅੱਗੋਂ ਹੀ ਡੰਡੌਤ ਕੀਤੀ ਅਤੇ ਮੱਥਾ ਟੇਕਿਆ। ਸੰਤ ਵਧਾਵਾ ਸਿੰਘ ਜੀ ਨੇ ਬਾਬਾ ਜੀ ਨਾਲ ਪਿਆਰ ਕਰਦਿਆਂ ਅੱਖਾਂ ਭਰ ਕੇ ਜੱਫੀ ਵਿੱਚ ਲੈ ਲਿੱਤਾ। ਬਾਬਾ ਜੀ ਨੇ ਗੁਰਦੇਵ ਨੂੰ ਆਸਣ ਤੇ ਬਿਠਾਇਆ, ਆਪ ਹੇਠਾਂ ਬਹਿ ਗਏ। ਇਸ ਤਰ੍ਹਾਂ ਕੁਝ ਸਮਾਂ ਪਰਸਪਰ ਬਚਨ ਵਿਲਾਸ ਹੁੰਦੇ ਰਹੇ। ਗੁਰਦੇਵ ਜੀ ਨੇ ਬਚਨ ਕੀਤਾ ਕਿ ਆਪ ਦੇ ਦਰਸ਼ਨ ਦੀ ਬੜੀ ਤਾਂਘ ਰਹਿੰਦੀ ਹੈ, ਆਪ ਕੁਝ ਸਮਾਂ ਇੱਥੇ ਰਹਿ ਕੇ ਦਰਸ਼ਨ ਦਿਓ। ਬਾਬਾ ਜੀ ਨੇ ਸਤ ਬਚਨ ਕਹਿ ਕੇ ਬੇਨਤੀ ਕੀਤੀ ਕਿ ਇਹ ਛੱਪੜ ਤਾਂ ਸੁੱਕਿਆ ਹੋਇਆ ਪਵਿੱਤਰ ਜਗ੍ਹਾ ਹੈ, ਜੇਕਰ ਆਪ ਜੀ ਨਰਕ ਵਿੱਚ ਰਹਿਣ ਦਾ ਵੀ ਹੁਕਮ ਦੇ ਦਿਓ ਤਾਂ ਉੱਥੇ ਵੀ ਰਹਿਣ ਨੂੰ ਤਿਆਰ ਹਾਂ। ਇਤਿਹਾਦਿਕ ਹੋਰ ਵੀ ਬਚਨ ਹੁੰਦੇ ਰਹੇ, ਮਗਰ ਭਾਈ ਸੁਲੱਖਣ ਸਿੰਘ ਨੂੰ ਹੁਕਮ ਹੋਇਆ ਕਿ ਸਿਆਲ ਇੱਥੇ ਹੀ ਕੱਟਣਾ ਹੈ। ਲਹਿਰੇ ਵਾਲੇ ਬਾਬਾ ਜੀ ਤਾਂ ਪੁੱਚੋ ਵਾਲੇ ਬਾਬਾ ਜੀ ਦੇ ਦਰਸ਼ਨ ਕਰਨ ਚਲੇ ਗਏ ਅਤੇ ਬਾਬਾ ਆਨੰਦ ਸਿੰਘ ਜੀ ਨੇ ਛੱਪੜ ਵਿੱਚ ਹੀ ਆਸਣ ਰੱਖ ਲਿੱਤਾ। ਲਹਿਰੇ ਵਾਲੇ ਬਾਬਾ ਜੀ ਮਹਾਰਾਜ ਹਰਨਾਮ ਸਿੰਘ ਜੀ ਦੇ ਪਾਸ ਰਾਤ ਰਹੇ ਅਤੇ ਸਵੇਰੇ ਬਾਬਾ ਜੀ ਨੂੰ ਮਿਲ ਕੇ ਲਹਿਰੇ ਚਲੇ ਗਏ। ਹੁਣ 3ਵੇਂ-4ਵੇਂ ਦਿਨ ਸੰਤ ਵਧਾਵਾ ਸਿੰਘ ਜੀ ਸੇਵਕ ਸਵਾਮੀ ਦੇ ਦਰਸ਼ਨ ਕਰਨ ਆਉਂਦੇ ਹਨ ਕਿ ਕੁਝ ਦਿਨ ਬਾਅਦ ਸਰਦਾਰ ਸੁਰੈਣ ਸਿੰਘ ਪਹੁੰਚਿਆ, ਪ੍ਰਸ਼ਾਦ ਅੱਗੇ ਰੱਖ ਕੇ ਮੱਥਾ ਟੇਕਿਆ। ਬਾਬਾ ਜੀ ਨੇ ਪ੍ਰਸੰਨਤਾ ਪੂਰਵਕ ਸਾਰਾ ਸਮਾਚਾਰ ਪੁੱਛਿਆ ਤੇ ਬੇਨਤੀ ਦੁਆਰਾ ਦੱਸਿਆ। ਬਾਬਾ ਜੀ ਦੀ ਸੇਵਾ ਵਿੱਚ ਹੁਣ ਦੋਨੋਂ ਹੀ ਤਤਪਰ ਰਹਿਣ ਲੱਗੇ। ਇੱਕ ਦਿਨ ਸੁਰੈਣ ਸਿੰਘ ਬਾਬਾ ਜੀ ਲਈ ਇਸ਼ਨਾਨ ਕਰਨ ਵਾਸਤੇ ਦੁਪਹਿਰ ਨੂੰ ਪਾਣੀ ਗਰਮ ਕਰ ਰਿਹਾ ਸੀ। ਕੁੜਤੇ ਦੀਆਂ ਬਾਹਾਂ ਇਕੱਠੀਆਂ ਕੀਤੀਆਂ ਹੋਈਆਂ ਸਨ ਕਿ ਭਾਈ ਸੁਲੱਖਣ ਸਿੰਘ ਨੇ ਸੁਰੈਣ ਸਿੰਘ ਦੀ ਸੱਜੀ ਬਾਂਹ ਤੇ ਤਬੀਤ ਬੱਧਿਆ ਹੋਇਆ ਦੇਖਿਆ ਅਤੇ ਕਿਹਾ ਕਿ ਮੈਂ ਤੇਰੀ ਸ਼ਿਕਾਇਤ ਕਰਦਾ ਹਾਂ ਕਿ ਤੂੰ ਤਬੀਤ ਬੰਨੀ ਫਿਰਦਾ ਹੈ। ਸੁਰੈਣ ਸਿੰਘ ਨੇ ਕਿਹਾ, ਚੰਗਾ ਸਗੋਂ ਸਮੱਤ ਮਿਲੇਗੀ। ਇੰਨੇ ਨੂੰ ਬਾਬਾ ਜੀ ਬਾਹਰ ਆ ਗਏ। ਬਾਬਾ ਜੀ ਨੇ ਕਿਹਾ, ਕੀ ਹੈ? ਇਹ ਸੁਣ ਸੁਲੱਖਣ ਸਿੰਘ ਨੇ ਕਿਹਾ, ਪਾਤਸ਼ਾਹ ਆਪ ਦੇਖੋ, ਆਪ ਜੀ ਦਾ ਸਿੱਖ ਹੋ ਕੇ ਮੁੰਡੇ ਵਾਸਤੇ ਤਬੀਤ ਬੰਨੀ ਫਿਰਦਾ ਹੈ, ਵੱਡਾ ਤੁਹਾਡਾ ਮੁਖੀ ਸੰਗੀ ਕਹਾਉਂਦਾ ਹੈ। ਬਾਬਾ ਜੀ ਨੇ ਪੁੱਛਿਆ, ਸੁਰੈਣ ਸਿੰਘ ਇਹ ਤਬੀਤ ਕਿੱਥੋਂ ਲੈ ਕੇ ਬੰਨਿਆ ਹੈ? ਸੁਰੈਣ ਸਿੰਘ ਨੇ ਬੇਨਤੀ ਦੁਆਰਾ ਸਾਰਾ ਥਾਂ ਟਿਕਾਣਾ ਦੱਸਿਆ। ਬਾਬਾ ਜੀ ਨੇ ਫਰਮਾਇਆ ਕਿ ਜੋ ਵੀ ਇਨਸਾਨ ਧਾਗਾ ਤਬੀਤ ਮੜੀ ਮਸਾਣਾ ਨੂੰ ਮੰਨਦਾ ਹੈ ਉਸਦੀ ਕਲਿਆਣ ਨਹੀਂ ਹੁੰਦੀ ਤੇ ਜਦੋਂ ਵੀ ਮਰਦਾ ਹੈ ਉਹ ਰੂਹਾਂ ਨਾਲ ਲੈ ਕੇ ਭਟਕਦੀਆਂ ਫਿਰਦੀਆਂ ਹਨ, ਘਰ ਵਾਲਿਆਂ ਨੂੰ ਵੀ ਤੰਗ ਕਰਦੀਆਂ ਹਨ। ਬਾਕੀ ਪੁੱਤਰ ਦੀ ਕਿਹੜੀ ਗੱਲ ਹੈ, ਗੁਰੂ ਨਾਨਕ ਦੇ ਘਰ ਕੋਈ ਘਾਟਾ ਨਹੀਂ। ਇਹ ਤਾਂ ਗੁਰੂ ਦੇ ਘੋੜੇ ਵਿੱਚ ਵੀ ਬਰਕਤ ਸੀ ਕਿ 7 ਪੁੱਤਰ ਬਖਸ਼ ਦਿੱਤੇ। ਇਹ ਸੁਣ ਕੇ ਸੁਰੈਣ ਸਿੰਘ ਨੇ ਤਬੀਤ ਲਾ ਕੇ ਅੱਗ ਵਿੱਚ ਸੁੱਟ ਦਿੱਤਾ। ਹੁਣ ਬਾਬਾ ਜੀ ਨੇ ਸੁਰੈਣ ਸਿੰਘ ਨੂੰ ਹੁਕਮ ਦਿੱਤਾ ਕਿ ਆਪਣੀ ਘਰਵਾਲੀ ਦਾ ਇਲਾਜ ਕਰਵਾ, ਉਹ ਰੋਗੀ ਹੈ। ਬੇਨਤੀ ਕੀਤੀ, ਪਾਤਸ਼ਾਹ ਬਿਮਾਰੀ ਦਾ ਪਤਾ ਨਹੀਂ ਲੱਗਦਾ। ਹੁਕਮ ਹੋਇਆ ਕਿ ਪਤਾ ਲੱਗ ਜਾਏਗਾ, ਅੱਗੋਂ ਸਤ ਬਚਨ ਕਿਹਾ। ਕੁਝ ਦਿਨ ਪਿੱਛੋਂ ਛੁੱਟੀ ਲੈ ਕੇ ਘਰ ਪਹੁੰਚਿਆ, ਅੱਗੋਂ ਪਤਾ ਲੱਗਾ ਕਿ ਪਿੰਡ ਵਿੱਚ ਸੰਤ ਅਰਜਨ ਦਾਸ ਜੀ ਆਏ ਹੋਏ ਹਨ।
ਜਿਨ੍ਹਾਂ ਦਾ ਸ਼ੇਰਪੁਰੇ ਦਾ ਜਨਮ ਸੀ ਅਤੇ ਉੱਗੇ ਹਕੀਮ ਵੀ ਸਨ। ਸੁਰੈਣ ਸਿੰਘ ਆਪਣੀ ਘਰਵਾਲੀ ਨੂੰ ਨਾਲ ਲੈ ਕੇ ਗਿਆ ਅਤੇ ਬੇਨਤੀ ਕੀਤੀ, ਕਿਰਪਾ ਕਰਕੇ ਇਸਦਾ ਇਲਾਜ ਕਰੋ। ਸੰਤ ਜੀ ਮੁਸਕਰਾਏ ਤੇ ਕਹਿਣ ਲੱਗੇ ਕਿ ਸਾਥੋਂ ਇਸਦਾ ਇਲਾਜ ਨਹੀਂ ਹੋ ਸਕਦਾ, ਕਿਤੇ ਹੋਰ ਲੈ ਜਾ। ਅੱਗੋਂ ਕਿਹਾ, ਸੰਤ ਜੀ ਮੈਨੂੰ ਬਾਬਾ ਜੀ ਨੇ ਆਪ ਭੇਜਿਆ ਹੈ, ਆਪ ਕਿਰਪਾ ਕਰੋ। ਸੰਤਾਂ ਨੇ ਫਿਰ ਬਚਨ ਕਿਹਾ ਕਿ ਸਾਨੂੰ ਤਾਂ ਤੇਰੇ ਖਸਮ ਦਾ ਡਰ ਮਾਰਦਾ ਹੈ, ਤੇਰਾ ਡਰ ਨਹੀਂ। ਅਸੀਂ ਦਵਾਈ ਦੇ ਦਿੱਤੀ ਤੇ ਤੁਸੀਂ ਪਰਹੇਜ਼ ਨਾ ਰੱਖਿਆ, ਬਿਮਾਰ ਰਾਜੀ ਨਾ ਹੋਇਆ ਤੇ ਫਿਰ ਬਾਬਾ ਜੀ ਨੇ ਸਾਨੂੰ ਲਾਮਾ ਦੇਣਾ ਹੈ। ਸੁਰੈਣ ਸਿੰਘ ਨੇ ਕਿਹਾ, ਜੀ ਜਿਵੇਂ ਹੁਕਮ ਕਰੋਗੇ ਉਵੇਂ ਹੀ ਕਰਾਂਗਾ। ਸੰਤਾਂ ਨੇ ਨਬਜ਼ ਦੇਖੀ ਤੇ ਉਸਦੀ ਘਰਵਾਲੀ ਦੀ ਬਿਮਾਰੀ ਦੱਸੀ, 7 ਪੁੜੀਆਂ ਬਣਾ ਕੇ ਦੇ ਦਿੱਤੀਆਂ। ਸੁਰੈਣ ਸਿੰਘ ਜੀ ਆਗਿਆ ਲੈ ਕੇ ਘਰ ਆ ਰਹੇ ਸਨ ਕਿ ਰਸਤੇ ਵਿੱਚ ਉਹਨਾਂ ਦਾ ਇੱਕ ਮਿੱਤਰ ਡਾਕਟਰ ਮਿਲਿਆ ਤੇ ਕਹਿਣ ਲੱਗਾ, ਦਵਾਈ ਦਿਖਾ ਤੇ ਸਹੀ। ਦਵਾਈ ਦੇਖ ਕੇ ਕਹਿਣ ਲੱਗਾ ਕਿ ਇਸ ਨਾਲ ਕੀ ਆਰਾਮ ਆਉਣਾ ਹੈ, ਇਹ ਤਾਂ ਐਵੇਂ ਸੰਤਾਂ ਦੀਆਂ ਸਵਾਹ ਦੀਆਂ ਪੁੜੀਆਂ ਹਨ। ਸੁਰੈਣ ਸਿੰਘ ਨੇ ਕਿਹਾ, ਪੁੜੀਆਂ ਵੱਲ ਨਾ ਦੇਖੋ, ਇਸ ਦੇ ਮਾਲਕ ਵੱਲ ਦੇਖੋ। ਮੈਨੂੰ ਤਾਂ ਪੱਕਾ ਯਕੀਨ ਹੈ ਕਿ ਜਲਦੀ ਹੀ ਆਰਾਮ ਹੋਵੇਗਾ। ਇਹ ਸੁਣ ਕੇ ਡਾਕਟਰ ਚੁੱਪ ਹੋ ਗਿਆ। ਦਵਾਈ ਦੀ ਵਰਤੋਂ ਕਹੇ ਅਨੁਸਾਰ ਕੀਤੀ ਗਈ। ਘਰਵਾਲੀ ਆਰੋਗ ਹੋ ਗਈ ਅਤੇ ਸਾਲ ਦੇ ਅੰਦਰ ਅੰਦਰ ਹੀ ਲੜਕਾ ਜਨਮਿਆ, ਪਰ ਸੁਰੈਣ ਸਿੰਘ ਦੀ ਗਲਤੀ ਨਾਲ ਮਰ ਗਿਆ। ਇਹ ਬਾਬਾ ਜੀ ਨੂੰ ਪਤਾ ਲੱਗਾ ਤੇ ਬਚਨ ਕੀਤਾ ਕਿ ਹੋਰ ਆ ਜਾਏਗਾ, ਪਰ ਸ਼ਰਤ ਇਹ ਹੈ ਕਿ ਮਾਸ ਸ਼ਰਾਬ ਨਹੀਂ ਖਾਣਾ ਹੋਵੇਗਾ। ਸੁਰੈਣ ਸਿੰਘ ਨੇ 7 ਬਚਨ ਕਿਹਾ, ਫਿਰ ਲੜਕਾ ਜਨਮਿਆ। ਪਤਾ ਲੱਗਣ ਤੇ ਸਭ ਸੰਬੰਧੀਆਂ ਨੇ ਖੁਸ਼ੀ ਕੀਤੀ। ਹੋਰ ਰਿਸ਼ਤੇਦਾਰ ਤਾਂ ਭੈ ਵਿੱਚ ਰਹੇ, ਪਰ ਸੁਰੈਣ ਸਿੰਘ ਦਾ ਮਾਮਾ ਸਰਦਾਰ ਸਾਵਣ ਸਿੰਘ ਨੇ ਮਾਸ ਸ਼ਰਾਬ ਦਾ ਦੌਰ ਚਲਾ ਦਿੱਤਾ। ਚੂਨਿਆਂ ਤੋਂ ਵਾਜੇ ਲਿਆਂਦੇ ਗਏ ਤੇ ਖੂਬ ਨਾਚ ਵਗੈਰਾ ਹੋਏ। ਇੱਧਰ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ, ਉੱਧਰ ਬੱਚੇ ਦਾ ਗਲਾ ਘੁੱਟਿਆ ਜਾ ਰਿਹਾ ਹੈ। ਪਰ ਅਫਸੋਸ ਕਿ ਬੜੀ ਮਿਹਨਤ ਨਾਲ ਲਾਲ ਦੀ ਪ੍ਰਾਪਤੀ ਹੋਈ ਤੇ ਸੰਭਾਲ ਨਾ ਸਕੇ। ਭਾਵ ਦੁਨੀਆਂ ਦਾ ਅੰਮ੍ਰਿਤ ਫਲ ਹੱਥ ਵਿੱਚ ਆਇਆ ਪਰ ਹੱਥੋਂ ਨਿਕਲ ਗਿਆ। ਬੱਚਾ 7 ਦਿਨਾਂ ਦਾ ਹੋ ਕੇ ਮਰ ਗਿਆ। ਬਹੁਤ ਰੋਏ ਕੁਰਲਾਏ, ਪਰ ਕੀ ਹੋ ਸਕਦਾ ਸੀ। ਬਾਬਾ ਜੀ ਦੇ ਜਾ ਕੇ ਚਰਨ ਫੜੇ ਤੇ ਚਰਨੀ ਢਹਿ ਕੇ ਰੋਣ ਲੱਗ ਗਏ। ਬਾਬਾ ਜੀ ਨੇ ਰੋਂਦਿਆਂ ਦੇਖ ਕੇ ਫਿਰ ਦਿਲਾਸਾ ਦਿੱਤਾ ਤੇ ਬਚਨ ਕੀਤਾ ਕਿ ਨਿਰੰਕਾਰ ਫਿਰ ਤਰਸ ਕਰੇਗਾ। ਪਰ ਇਹ ਬੱਚਾ ਕੋਈ ਵੱਡਾ ਪੁਰਖ ਸੀ, ਜਿਸਨੇ ਪਾਪ ਹੁੰਦੇ ਤੱਕ ਕੇ ਰਹਿਣਾ ਨਹੀਂ ਪਸੰਦ ਕੀਤਾ। ਅੱਛਾ ਜਿਵੇਂ ਨਿਰੰਕਾਰ ਦੀ ਰਜ਼ਾ। 1.5 ਸਾਲ ਪਿੱਛੋਂ ਸਰਦਾਰ ਖੁਸ਼ਹਾਲ ਸਿੰਘ ਦੇ 2 ਜੋੜੇ ਪੁੱਤਰ ਹੋਏ। ਬਾਬਾ ਜੀ ਪਾਸ ਬੇਨਤੀ ਕੀਤੀ ਤੇ ਪ੍ਰਸ਼ਾਦ ਅੱਗੇ ਰੱਖ ਭੇਟਾ ਕੀਤੀ। ਬਾਬਾ ਜੀ ਨੇ ਫਰਮਾਇਆ ਕਿ ਸੁਰੈਣ ਸਿੰਘ, ਇੱਕ ਪੁੱਤਰ ਤੇਰਾ ਹੈ ਤੇ ਇੱਕ ਖੁਸ਼ਹਾਲ ਸਿੰਘ ਦਾ ਹੈ। ਖੁਸ਼ਹਾਲ ਸਿੰਘ ਨੇ ਵੀ ਸਵੀਕਾਰ ਕੀਤਾ ਤੇ ਬਾਬਾ ਜੀ ਦੇ ਹੁਕਮ ਤੇ ਫੁੱਲ ਚੜਾਏ। ਇੱਕ ਬੱਚਾ ਸੁਰੈਣ ਸਿੰਘ ਦੀ ਘਰਵਾਲੀ ਨੇ ਗੋਦ ਪਾ ਲਿਆ। ਘਰ ਵਿੱਚ ਬੜੀ ਖੁਸ਼ੀ ਹੋਈ ਤੇ ਹਰ ਵੇਲੇ ਮਹਾਂਪੁਰਖਾਂ ਦੀ ਉਪਮਾ ਕਰਨ ਲੱਗ ਪਏ। ਇਹ ਸਭ ਮਹਾਂਪੁਰਖਾਂ ਦੀ ਸੰਗਤ ਅਤੇ ਸੇਵਾ ਦਾ ਫਲ ਹੈ। ਏਡੇ ਵੱਡੇ ਭਾਣੇ ਸਹਾਰ ਕੇ ਵੀ ਫਿਰ ਮਨ ਠੰਡਾ ਠਾਰ ਰਹਿਣਾ। ਜੇ ਸੁਖ ਦੇਹ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ। ਸੰਤਾਂ ਦੀ ਸੇਵਾ ਦਾ ਫਲ ਕਿ ਆਪ ਵੀ ਸੁਰੈਣ ਸਿੰਘ ਅਰੋਗ ਹੋ ਗਿਆ ਤੇ ਇਸਤਰੀ ਵੀ ਅਰੋਗ ਹੋਈ, ਪੁੱਤਰ ਦੀ ਪ੍ਰਾਪਤੀ ਵੀ ਹੋ ਗਈ। ਫਿਰ ਸਵਾਸ ਸਵਾਸ ਧੰਨ ਬਾਬਾ ਜੀ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਹੀ ਜਪਦੇ ਹਨ। ਮਹਿਮਾ ਸਾਧੂ ਸੰਗ ਕੀ ਸੁਨਹੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਦੀ। ਅਜਿਹੇ ਹੀ ਅਨੋਖੇ ਜੀਵਨ ਕੌਤਕ ਜਾਣਨ ਅਤੇ ਸੁਣਨ ਲਈ ਸਬਸਕ੍ਰਾਈਬ ਕਰੋ ਸਾਡੇ ਯੂਟਿਊਬ ਚੈਨਲ ਧੰਨ ਗੁਰੂ ਨਾਨਕ। ਵਧੇਰੇ ਜਾਣਕਾਰੀ ਲਈ ਆਈ ਬਟਨ ਵਿੱਚ ਦਿੱਤੇ ਲਿੰਕਸ
ਅਤੇ ਡਿਸਕ੍ਰਿਪਸ਼ਨ ਬਾਕਸ ਵਿੱਚ ਬਾਬਾ ਜੀ ਦੇ ਜੀਵਨ ਸੰਬੰਧੀ ਹੋਰ ਬਹੁਤ ਸਾਰੇ ਲਿੰਕ ਦਿੱਤੇ ਗਏ ਹਨ, ਜਿਸ 'ਤੇ ਕਲਿੱਕ ਕਰਕੇ ਤੁਸੀਂ ਹੋਰ ਵੀ ਲਾਹਾ ਪ੍ਰਾਪਤ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।